ਪੱਟੀ 'ਚ ਕੱਲ੍ਹ ਦੇਰ ਸ਼ਾਮ ਗੁਰੂ ਰਾਮਦਾਸ ਕਲੋਨੀ ਵਿੱਚ ਇੱਕ ਕਲਯੁਗੀ ਪੁੱਤਰ ਵੱਲੋਂ ਆਪਣੀ ਮਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਮਨਜੀਤ ਕੌਰ ਦੀ ਸੱਸ ਵੀਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਨੂੰਹ ਮਨਜੀਤ ਕੌਰ ਆਪਣੇ ਪੁੱਤਰ ਨਾਲ ਗੁਰੂ ਰਾਮਦਾਸ ਕਲੋਨੀ ਵਿੱਚ ਰਹਿ ਰਹੀ ਹੈ। ਕੱਲ੍ਹ ਸ਼ਾਮ ਦੋਵਾਂ ਮਾਂ ਪੁੱਤ ਦਾ ਆਪਸ ਦੇ ਵਿੱਚ ਤਕਰਾਰ ਹੋ ਗਿਆ। ਇਹ ਤਕਰਾਰ ਇੰਨਾ ਵੱਧ ਗਿਆ ਕਿ ਉਸ ਦੇ ਪੁੱਤਰ ਵੱਲੋਂ ਮਾਂ ਪੁੱਤ ਦੇ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਤੇਜ਼ ਧਾਰ ਦਾਤਰ ਨਾਲ ਆਪਣੀ ਮਾਂ ਦੇ ਸਿਰ 'ਤੇ ਉਦੋਂ ਤੱਕ ਵਾਰ ਕੀਤੇ ਜਦ ਤੱਕ ਉਹ ਮਰ ਨਹੀਂ ਗਈ। ਕਤਲ ਕਰਨ ਤੋਂ ਬਾਅਦ ਉਕਤ ਪੁੱਤਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਿੱਚ ਵਰਤਿਆ ਗਿਆ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਇਹ ਪਰਮਜੀਤ ਕੌਰ ਲੇਡੀ ਸੀ, 50 ਸਾਲ ਦੀ, ਹੋਸਪਿਟਲ ਵਿੱਚ ਕਰਦੀ ਹੈ ਡਿਊਟੀ ਬਿਲਾਸਪੁਰ ਦੀ। ਅਤੇ ਲੜਕਾ ਪਹਿਲਾਂ ਇਹਦੇ ਹਸਬੈਂਡ ਦੀ ਵੀ ਡੈਥ ਹੋ ਚੁੱਕੀ ਹੈ, ਮਾਤਾ ਦੀ ਸਾਸੀ ਇਕੱਲੀ ਘਰ ਦੇ ਵਿੱਚ, ਸਹੁਰੇ ਦੀ ਵੀ ਡੈਥ ਹੋ ਚੁੱਕੀ ਹੈ। ਅਤੇ ਮਾਤਾ ਦੇ ਬਿਆਨਾਂ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ ਕਿਉਂਕਿ ਇਹਦੇ ਜਿਹੜੇ ਲੜਕੀ ਜਿਹੜੀ ਜਨਾਨੀ ਔਰਤ ਮਰੀ ਹੈ ਇਹਦੇ ਲੜਕੇ ਨੇ ਇਹਨੂੰ ਸੱਟਾਂ ਮਾਰ ਕੇ ਜਿਹੜਾ ਮਾਰ ਦਿੱਤਾ ਹੈ। ਇਹ ਦਾਤਰ ਦੇ ਕੋਈ ਤਿੱਖੀ ਹਥਿਆਰ ਨਾਲ ਜਾਂਦਾ, ਜਦੋਂ ਲੜਕਾ ਫੜਿਆ ਜਾਏਗਾ ਫਿਰ ਕਿਹੜਾ ਹਥਿਆਰ ਉਹਨੇ ਵਰਤਿਆ ਉਹਦੀ ਪੁੱਛਗਿੱਛ ਵਿੱਚ ਹੀ ਆਏ। 18-19 ਸਾਲ ਦਾ ਹੈ, ਪਲੱਸ ਟੂ ਕਰਕੇ ਹਟਿਆ। ਪੱਟੀ ਤੋਂ ਹਰਪ੍ਰੀਤ ਦੀ ਰਿਪੋਰਟ, ਪੰਜਾਬ ਟੂਡੇ।